ਸਤਿ ਸ੍ਰੀ ਅਕਾਲ ਜੀ। ਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ। ਪਿਆਰੇ ਦਰਸ਼ਕੋ, ਸ਼ੁਰੂ ਚ ਇੱਕ ਬੇਨਤੀ ਕਰਾਂ ਕਿ ਜਿਨ੍ਹਾਂ ਦੋਸਤਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ। ਅੱਜ ਇਸ ਵੀਡੀਓ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੇ ਦੋ ਬਿਆਨ, ਉਹਨਾਂ ਦਾ ਜ਼ਿਕਰ ਕਰਨਾ। ਦੋਨੇ ਬੜੇ ਅਹਿਮ ਨੇ। ਇੱਕ ਤਾਂ ਉਹਨਾਂ ਨੇ ਕਿਹਾ ਕਿ SGPC ਦੀਆਂ ਚੋਣਾਂ ਆਪਾਂ ਜਿੱਤਣੀਆਂ ਨੇ, ਵੱਧ ਤੋਂ ਵੱਧ ਵੋਟਾਂ ਬਣਾਓ। ਇਹ ਬਿਆਨ ਸੱਚਮੁੱਚ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਚਿੰਤਾ 'ਚ ਪਾਉਣ ਵਾਲਾ ਬਿਆਨ ਹੈ, ਜਿਹਨੂੰ ਕਹਿੰਦੇ ਨੇ ਬਾਦਲ ਦਲ ਨੂੰ। ਜਦੋਂ ਉਹਨਾਂ ਦੇ ਪਿਤਾ ਅਤੇ ਚਾਚਾ ਜੀ ਮਿਲਣ ਗਏ ਸੀ, ਇਹ ਸੁਨੇਹਾ ਦਿੱਤਾ ਉਹਨਾਂ ਨੇ। ਉਹਨਾਂ ਨੇ ਜ਼ਿਮਨੀ ਚੋਣ ਦੀ ਕੋਈ ਗੱਲ ਨਹੀਂ ਕੀਤੀ। ਭਾਈ ਅੰਮ੍ਰਿਤਪਾਲ ਕਹਿੰਦਾ ਕਿ ਤੁਸੀਂ ਸ਼੍ਰੋਮਣੀ ਕਮੇਟੀ ਦੀ ਤਿਆਰੀ ਕਰੋ, ਉਹਦੇ 'ਚ ਆਪਾਂ ਸਾਫ ਸੁਥਰੇ ਬੰਦੇ ਲੈ ਕੇ ਆਉਣੇ ਨੇ। ਇੱਕ ਬਿਆਨ ਤਾਂ ਇਹ। ਦੂਜਾ ਬਿਆਨ ਜਿਹਦੀ ਚਰਚਾ ਕਰਨੀ ਹੈ ਉਹ ਹੈ ਕਿ ਖਾਲਿਸਤਾਨ ਦੀ ਗੱਲ ਕਰਨਾ, ਸਿੱਖ ਜਿਹੜਾ ਹੈ ਸਿੱਖਾਂ ਦੇ ਲਈ ਇੱਕ ਵੱਖਰੇ ਪ੍ਰਦੇਸ਼ ਦੀ ਗੱਲ ਕਰਨਾ ਕੋਈ ਗੁਨਾਹ ਨਹੀਂ। ਮੇਰੀ ਮਾਤਾ ਜੀ ਤੋਂ ਜਿਹੜਾ ਇਹ ਅਚਾਨਕ ਜਾਂ ਅਣਜਾਣੇ 'ਚ ਬਿਆਨ ਦਿੱਤਾ ਗਿਆ ਕਿ ਮੈਂ ਖਾਲਿਸਤਾਨੀ ਸਮਰਥਕ ਨਹੀਂ, ਇਹ ਠੀਕ ਨਹੀਂ। ਇਹ ਦੋਨਾਂ 'ਤੇ ਆਪਾਂ ਗੱਲ ਅਸਲ ਕਰਨੀ ਹੈ। ਦੋਨੇ ਬਿਆਨ ਬੜੇ ਅਹਿਮ ਨੇ। ਪਹਿਲਾਂ ਗੱਲ ਆਪਾਂ ਕਰਾਂਗੇ ਜਿਹੜਾ ਉਹਨਾਂ ਨੇ ਆਪਣੇ ਪਿਤਾ ਰਾਹੀਂ ਸੁਨੇਹਾ ਦਿੱਤਾ ਸਿੱਖ ਸੰਗਤ ਨੂੰ, ਕਿਹਾ ਕਿ ਤੁਸੀਂ ਮੇਰੇ ਵੱਲੋਂ ਫਤਿਹ ਬੁਲਾਇਓ, ਧੰਨਵਾਦ ਕਰਿਓ ਵੋਟਰਾਂ ਦਾ। ਸਹੁੰ ਚੁੱਕਣ ਤੋਂ ਬਾਅਦ 50 ਮਿੰਟ ਦੀ ਮੁਲਾਕਾਤ ਜਦੋਂ ਹੋਈ ਸੀ। ਲੇਕਿਨ ਜਿਹੜੀ ਦੂਜੀ ਗੱਲ ਕਹੀ ਹੈ ਕਿ ਸ਼੍ਰੋਮਣੀ ਕਮੇਟੀ ਆਪਾਂ ਜਿੱਤਣੀ ਹੈ, ਉਹਦੇ ਲਈ ਵੱਧ ਤੋਂ ਵੱਧ ਵੋਟਾਂ ਬਣਾਓ, ਇੱਥੋਂ ਲੱਗਦਾ ਕਿ ਸਿਆਸਤ ਇੱਕ ਨਵਾਂ ਰੰਗ ਲਵੇਗੀ। ਕਿਉਂਕਿ ਜਿਸ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਧੜੇਬੰਦੀ ਹੈ, ਬਾਗੀ ਧੜੇ ਨੇ ਕੱਲ੍ਹ ਫਿਰ ਮੀਟਿੰਗ ਕੀਤੀ ਸੀ, ਉਹਨਾਂ ਨੇ 7 ਮੈਂਬਰੀ ਪ੍ਰੈਜੀਡੀਅਮ ਬਣਾਉਣ ਦਾ ਫੈਸਲਾ ਕਰ ਲਿਆ। ਉਹਨਾਂ ਦੇ ਜਿਹੜੀ ਗੱਲ ਸਾਹਮਣੇ ਆ ਰਹੀ ਸੀ ਕਿ ਉਹ ਬੋਲ ਨਹੀਂ ਰਹੇ, ਸ਼ਾਇਦ ਕੋਈ ਸਮਝੌਤਾ ਹੋ ਰਿਹਾ, ਪਰਮਜੀਤ ਸਿੰਘ ਸਰ ਨਾਲ ਲੱਗਿਆ ਹੋਇਆ, ਗਿਆਨੀ ਰਘਵੀਰ ਸਿੰਘ ਆਪ ਹੀ ਦੁਬਧਾ 'ਚ ਨੇ, ਉਹ ਕਰਾ ਰਹੇ ਨੇ, ਹੋਰ ਬਹੁਤ ਸਾਰੇ ਹਰਜਿੰਦਰ ਸਿੰਘ ਧਾਮੀ ਇਹ ਕਰਵਾ ਰਹੇ ਨੇ ਸਮਝੌਤਾ, ਖੰਡ ਧੁੱਪ ਹੋ ਰਹੀ ਆ ਅੰਦਰੋਂ ਅੰਦਰ। ਉਹ ਸਾਰੀਆਂ ਗੱਲਾਂ ਕੱਲ੍ਹ ਉਦੋਂ ਖਤਮ ਹੋਈਆਂ ਜਦੋਂ ਜਲੰਧਰ 'ਚ ਇੱਕ ਮੀਟਿੰਗ ਕੀਤੀ ਸਾਰੀ ਸੀਨੀਅਰ ਲੀਡਰਸ਼ਿਪ ਬਾਗੀ ਧੜੇ ਦੀ ਨੇ। ਅਤੇ ਇੱਕ ਤਾਂ ਉਹਨਾਂ ਨੇ ਕਿਹਾ ਕਿ ਹੁਣ ਆਪਾਂ ਅਕਾਲੀ ਦਲ ਬਚਾਓ ਲਹਿਰ ਨਹੀਂ, ਆਪਾਂ ਜ਼ਿਮਨੀ ਚੋਣ ਤੋਂ ਬਾਅਦ ਜਿਹੜੀ ਗੱਲ ਕਰਨੀ ਆ ਉਹ ਇਹ ਕਹਿਣਾ ਕਿ ਅਕਾਲੀ ਦਲ ਸੁਧਾਰ ਲਹਿਰ। ਇੱਕ ਨਾਮ ਬਦਲਿਆ, 7 ਬੰਦਿਆਂ ਦੀ ਪ੍ਰੈਜੀਡੀਅਮ, ਅਤੇ ਹਾਲ ਦੀ ਘੜੀ ਕਾਰਜਕਾਰੀ ਕੰਮ ਚਲਾਉਣ ਲਈ ਗੁਰਪ੍ਰਤਾਪ ਸਿੰਘ ਬਡਾਲਾ ਨੂੰ ਇਹ ਕਨਵੀਨਰ ਦੀ ਜਿਹੜੀ ਹੈ ਉਹ ਅਗਵਾਈ ਦਿੱਤੀ ਹੈ ਕਿ ਤੁਸੀਂ ਇਸ ਨੂੰ ਕੰਮ ਚਲਾਓ, ਫਿਰ ਆਪਾਂ ਕਨਵੀਨਰ ਬਣਾਵਾਂਗੇ। ਇਹ ਤੋਂ ਇਹ ਸਿੱਧ ਹੁੰਦਾ ਹੈ ਕਿ ਅਕਾਲੀ ਦਲ ਦੀ ਸਥਿਤੀ ਕੋਈ ਠੀਕ ਨਹੀਂ। ਤੋਂ ਜਦੋਂ ਇਸ ਦੇ ਮੁਕਾਬਲੇ ਸਰਬਜੀਤ ਸਿੰਘ ਖਾਲਸਾ ਔਰ ਜਿਹੜਾ ਅੰਮ੍ਰਿਤਪਾਲ ਸਿੰਘ, ਭਾਈ ਰਣਜੀਤ ਸਿੰਘ ਅਤੇ ਹੋਰ ਜਿਹੜੇ ਲੋਕ, ਈਵਨ ਜਿਹੜਾ ਹੈ ਸਿਮਰਜੀਤ ਸਿੰਘ ਮਾਨ, ਇਹ ਸਾਰੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਨਿਗਾਹ ਰੱਖੀ ਬੈਠੇ ਨੇ, ਵਿਨ ਸੁਖਦੇਵ ਸਿੰਘ ਢੀਂਡ ਸਾਹਿਬ ਵੀ, ਇਹ ਸਾਰੇ ਇਕੱਠੇ ਹੁੰਦੇ ਨੇ, ਗਰੁੱਪ ਬਣਾਉਂਦੇ ਨੇ, ਅੰਮ੍ਰਿਤਪਾਲ ਸਿੰਘ ਆਪਦਾ ਇੱਕ ਵੱਖਰਾ ਗਰੁੱਪ ਬਣਾਉਂਦਾ, ਇਹ ਸਾਰੀਆਂ ਗੱਲਾਂ ਤਾਂ ਹਲੇ ਪਤਾ ਲੱਗਣਗੀਆਂ। ਲੇਕਿਨ
ਇੱਕ ਗੱਲ ਬੜੀ ਸਪਸ਼ਟ ਹੈ ਕਿ ਹੁਣ ਉਹਨਾਂ ਸੌਖਾ ਨਹੀਂ ਹੋਣਾ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ, ਸ਼੍ਰੋਮਣੀ ਕਮੇਟੀ ਨੂੰ ਜਿਹੜਾ ਹੈ ਜਿੱਤਣਾ ਜਾਂ ਆਪਣਾ ਕਬਜ਼ਾ ਕਾਇਮ ਰੱਖਣਾ ਇਹ ਔਖਾ ਹੋਏਗਾ। ਵੈਸੇ ਵੀ ਵੱਡੇ ਇਲਜ਼ਾਮ ਲੱਗ ਰਹੇ ਨੇ, ਖਾਸ ਤੌਰ 'ਤੇ ਗੱਲ ਇਹ ਉੱਠ ਰਹੀ ਹੈ ਕਿ ਇਸ ਦੇ ਬਾਵਜੂਦ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿਹਾ ਸੀ ਆਪਣਾ ਚੈਨਲ ਚਲਾਓ ਗੁਰਬਾਣੀ ਦੇ ਪ੍ਰਸਾਰਣ ਲਈ, ਪਰ ਇਹਨਾਂ ਨੇ ਗੱਲ ਨਹੀਂ ਮੰਨੀ ਔਰ ਹਾਲੇ ਤੱਕ PTC ਸਾਰਾ ਕੰਮ ਕਰ ਰਿਹਾ। ਤੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਬਾਦਲਾਂ ਦੇ ਖਿਲਾਫ ਜਾਂਦੀਆਂ ਨੇ, ਹੁਣ ਆਪਾਂ ਦੇਖ ਹੀ ਲਿਆ। ਇਸ ਹਾਲਾਤ ਦੇ ਵਿੱਚ ਜਿਵੇਂ ਖਡੂਰ ਸਾਹਿਬ 'ਚ ਹੋਇਆ, ਜਿਵੇਂ ਫਰੀਦਕੋਟ ਦੇ ਵਿੱਚ ਹੋਇਆ, ਤੋ ਜੇ ਇਹ ਸਾਰਾ ਕੁਛ ਉਵੇਂ ਕਾਇਮ ਰਹਿੰਦੀ ਹੈ ਗੱਲ, ਤਾਂ ਸ਼੍ਰੋਮਣੀ ਕਮੇਟੀ ਜੇ ਹੱਥੋਂ ਨਿਕਲਦੀ ਹੈ ਤਾਂ ਫਿਰ ਇਹ ਮੰਨਿਆ ਜਾਂਦਾ ਹੈ ਕਿ ਜਿਹਦੇ ਹੱਥ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁੰਦੀ ਹੈ, ਅਸਲ ਅਕਾਲੀ ਦਲ ਉਹੀ ਹੁੰਦਾ ਹੈ। ਅਤੇ ਇਹ ਅਕਾਲੀ ਦਲ ਲਈ ਚਿੰਤਾ ਦਾ ਵਿਸ਼ਾ ਹੈ ਜੋ ਭਾਈ ਅੰਮ੍ਰਿਤਪਾਲ ਸਿੰਘ ਨੇ ਆਪਣੇ ਪਿਤਾ ਰਾਹੀਂ ਸੁਨੇਹਾ ਦਿੱਤਾ ਹੈ। ਦੂਜੀ ਗੱਲ, ਜਿਹੜਾ ਦੂਜਾ ਬਿਆਨ ਜਿਹਦਾ ਮੈਂ ਅੱਜ ਜ਼ਿਕਰ ਕਰਨਾ ਸੀ, ਉਹ ਬਿਆਨ ਉਹਨਾਂ ਦੀ ਮਾਤਾ ਨੇ ਜਦੋਂ ਸਹੁੰ ਚੁੱਕੀ, ਮਾਤਾ ਬਰਵਿੰਦਰ ਕੌਰ ਨੇ ਇਹ ਕਿਹਾ ਕਿ ਜੀ ਜਿਹੜਾ ਪੰਜਾਬ ਦੇ ਹੱਕਾਂ ਲਈ ਗੱਲ ਕਰਦਾ, ਨੌਜਵਾਨਾਂ ਨੂੰ ਨਸ਼ਿਆਂ ਤੋਂ ਛੁਡਾਉਂਦਾ ਹੈ, ਉਹਨੂੰ ਖਾਲਿਸਤਾਨੀ ਸਮਰਥਕ ਕਹਿਣਾ ਠੀਕ ਨਹੀਂ। ਜਦੋਂ ਉਸਨੇ ਸੰਵਿਧਾਨ ਦੇ ਦਾਇਰੇ 'ਚ ਰਹਿ ਕੇ ਜਿਹੜਾ ਹੈ ਇਲੈਕਸ਼ਨ ਲੜੀ ਅਤੇ ਸਹੁੰ ਚੁੱਕੀ ਹੈ, ਉਸ ਖਾਲਿਸਤਾਨੀ ਸਮਰਥਕ ਨਹੀਂ ਹੋ ਸਕਦਾ। ਹੁਣ ਇਹ ਗੱਲ ਕਹਿਤੀ, ਇਹਦੇ ਵਿਵਾਦ ਉੱਠਣਾ ਹੀ ਸੀ, ਉੱਠਿਆ ਵਿਵਾਦ ਇੱਥੋਂ ਤੱਕ ਕਿ ਜਿਹੜਾ ਹੈ ਸਿਮਰਜੀਤ ਸਿੰਘ ਮਾਨ ਨੇ ਪਬਲੀਕਲੀ ਇਸ ਗੱਲ ਨੂੰ ਕੰਡੈਮ ਕੀਤਾ। ਜਦੋਂ ਇਹ ਗੱਲ ਪਹੁੰਚੀ ਭਾਈ ਅੰਮ੍ਰਿਤਪਾਲ ਸਿੰਘ ਕੋਲ, ਅਤੇ ਅੰਮ੍ਰਿਤਪਾਲ ਸਿੰਘ ਨੇ ਇਸ ਗੱਲ ਦਾ ਕਾਫੀ ਬੁਰਾ ਮਨਾਇਆ, ਕਿਹਾ ਕਿ ਇਸ ਤਰ੍ਹਾਂ ਦੇ ਬਿਆਨ ਕੋਈ ਵੀ ਮੇਰਾ ਹਮਦਰਦ, ਮੇਰਾ ਸਮਰਥਕ ਨਾ ਦੇਵੇ, ਚਾਹੇ ਮੇਰੀ ਮਾਂ ਹੀ ਹੈ। ਮੈਂ ਉਹਨਾਂ ਦੀ ਜਿਹੜੀ ਪੋਸਟ ਹੀ ਤੁਹਾਨੂੰ ਭਾਈ ਅੰਮ੍ਰਿਤਪਾਲ ਦੀ ਪੋਸਟ ਹੀ ਪੜ੍ਹ ਕੇ ਸੁਣਾ ਦਿੰਦਾ, ਉਹ ਤੋਂ ਅੰਦਾਜ਼ਾ ਹੋਜੂ ਅਤੇ ਕੀ ਇਹ ਬਿਆਨ ਕਿਸ ਪਾਸੇ ਨੂੰ ਗੱਲ ਕਹਿ ਰਿਹਾ। ਉਹ ਸ਼ੁਰੂਆਤ ਹੁੰਦੀ ਹੈ ਇਹਦੀ, ਰਾਜ ਬਿਨਾਂ ਨਾ ਧਰਮ ਚੱਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਇਹ ਦੇਖ ਕੇ ਉਹਨਾਂ ਨੇ ਲਿਖਿਆ, ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਮਾਤਾ ਜੀ ਵੱਲੋਂ ਦਿੱਤੇ ਬਿਆਨ ਬਾਰੇ ਜਦੋਂ ਅੱਜ ਮੈਨੂੰ ਪਤਾ ਲੱਗਿਆ ਤਾਂ ਮੇਰਾ ਮਨ ਬਹੁਤ ਦੁਖੀ ਹੋਇਆ। ਬੇਸ਼ੱਕ ਮੈਨੂੰ ਇਹ ਯਕੀਨ ਹੈ ਕਿ ਮਾਤਾ ਜੀ ਵੱਲੋਂ ਇਹ ਬਿਆਨ ਅਣਜਾਣੇ ਵਿੱਚ ਦਿੱਤਾ ਗਿਆ, ਪਰ ਫਿਰ ਵੀ ਅਜਿਹਾ ਬਿਆਨ ਮੇਰੇ ਪਰਿਵਾਰ ਜਾਂ ਕਿਸੇ ਵੀ ਉਸ ਸ਼ਖਸ ਵੱਲੋਂ ਜੋ ਮੇਰੀ ਹਮਾਇਤ ਕਰਦਾ ਹੈ ਉਸ ਵੱਲੋਂ ਨਹੀਂ ਆਉਣਾ ਚਾਹੀਦਾ। ਖਾਲਸਾ ਰਾਜ ਦਾ ਸੁਪਨਾ ਦੇਖਣਾ ਕੋਈ ਗੁਨਾਹ ਨਹੀਂ, ਸਗੋਂ ਮਾਣ ਵਾਲੀ ਗੱਲ ਹੈ। ਜਿਸ ਸੁਪਨੇ ਦੀ ਪੂਰਤੀ ਲਈ ਲੱਖਾਂ ਸਿੱਖਾਂ ਨੇ ਸ਼ਹੀਦੀ ਦਿੱਤੀ ਹੋਵੇ, ਉਸ ਮਾਰਗ ਤੋਂ ਪਿੱਛੇ ਹਟ ਜਾਣ ਬਾਰੇ ਅਸੀਂ ਸੁਪਨੇ 'ਚ ਵੀ ਸੋਚ ਨਹੀਂ ਸਕਦੇ। ਮੈਂ ਬਹੁਤ ਵਾਰ ਸਟੇਜਾਂ ਤੋਂ ਬੋਲਦਿਆਂ ਇਹ ਗੱਲ ਕਹੀ ਹੈ ਕਿ ਜੇ ਮੈਨੂੰ ਪੰਥ ਅਤੇ ਪਰਿਵਾਰ ਵਿੱਚੋਂ ਚੁਣਨਾ ਪਿਆ ਤਾਂ ਹਮੇਸ਼ਾ ਪੰਥ ਦੀ ਚੋਣ ਕਰਾਂਗਾ। ਇਸ ਗੱਲ ਦਾ ਇਤਿਹਾਸ ਦਾ ਉਹ ਵਾਕਿਆ ਬਹੁਤ ਢੁਕਵਾਂ ਬੈਠਦਾ ਹੈ ਜਿੱਥੇ ਬੰਦਾ ਸਿੰਘ ਬਹਾਦਰ ਦੇ ਨਾਲ ਸਿੰਘਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ।
ਤਾਂ ਇੱਕ 14 ਸਾਲ ਦਾ ਨੌਜਵਾਨ ਉਸਦੀ ਮਾਂ ਨੇ ਉਸਨੂੰ ਬਚਾਉਣ ਲਈ ਇਹ ਕਹਿ ਦਿੱਤੀ ਗੱਲ ਕਿ ਇਹ ਸਿੱਖ, ਇਹ ਨੌਜਵਾਨ ਤਾਂ ਸਿੱਖ ਹੀ ਨਹੀਂ, ਇਹ ਗੱਲ ਉਹਨੇ ਕਹਿ ਦਿੱਤੀ ਅਤੇ ਇਹ ਨੌਜਵਾਨ ਸਿੱਖ ਨਹੀਂ। ਉਸ ਨੌਜਵਾਨ ਨੇ ਅੱਗੋਂ ਇਹ ਗੱਲ ਕਹੀ, ਜੇ ਇਹ ਔਰਤ ਕਹਿੰਦੀ ਹੈ ਕਿ ਮੈਂ ਗੁਰੂ ਦਾ ਸਿੱਖ ਨਹੀਂ, ਤਾਂ ਇਹ ਗੱਲ ਬਿਆਨ ਕਰਦਾ ਹਾਂ ਕਿ ਮੇਰੀ ਮਾਂ ਨਹੀਂ। ਬੇਸ਼ੱਕ ਇਹ ਉਦਾਹਰਣ ਇਸ ਘਟਨਾ ਵਾਸਤੇ ਬੇਹੱਦ ਸਖਤ ਹੈ, ਪਰ ਸਿਧਾਂਤਕ ਪੱਖ ਤੋਂ ਇਹ ਗੱਲ ਸਮਝਣ ਵਾਲੀ ਹੈ। ਮੈਂ ਆਪਣੇ ਪਰਿਵਾਰ ਨੂੰ ਇਸ ਗੱਲ ਦੀ ਤਾੜਨਾ ਕਰਦਾ ਹਾਂ। ਕਦੇ ਵੀ ਸਿੱਖ ਰਾਜ ਉੱਤੇ ਸਮਝੌਤਾ ਕਰਨ ਬਾਰੇ ਸੋਚਣਾ ਵੀ ਗਵਾਰਾ ਨਹੀਂ ਹੈ, ਕਹਿਣਾ ਤਾਂ ਦੂਰ ਦੀ ਗੱਲ ਹੈ। ਅੱਗੇ ਤੋਂ ਸੰਗਤੀ ਰੂਪ ਵਿੱਚ ਵਿਚਰਦਿਆਂ ਬੋਲਦਿਆਂ ਅਜਿਹੀ ਕਤਾਹੀ ਨਹੀਂ ਹੋਣੀ ਚਾਹੀਦੀ। ਇਸ ਸਖਤ ਲਫਜ਼ਾਂ 'ਚ ਅੰਮ੍ਰਿਤਪਾਲ ਸਿੰਘ ਨੇ ਆਪਣੀ ਮਾਂ ਦੇ ਬਿਆਨ ਦੀ ਤਰਦੀਦ ਦਿੱਤੀ ਹੈ, ਇਹ ਗੱਲ ਸਾਹਮਣੇ ਆਈ ਹੈ। ਹੁਣ ਦੋ ਬਿਆਨ ਨੇ, ਇੱਕ ਤਾਂ ਬੜਾ ਸਪਸ਼ਟ ਹੈ ਜਿਹਦੇ 'ਚ ਲੱਗਦਾ ਸੀ ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਨੇ ਜਿਹੜੇ ਸਿਮਰਜੀਤ ਸਿੰਘ ਮਾਨ, ਉਹ ਇਹ ਗੱਲ ਨੂੰ ਲੈ ਕੇ ਉਭਾਰ ਰਹੇ ਸੀ ਗੱਲ, ਉਹਦਾ ਜਵਾਬ ਦੂਜਾ ਅੱਗੇ ਤੋਂ ਤੀਜੀ ਗੱਲ ਜਿਹੜਾ ਲੋਕਾਂ 'ਚ ਚਰਚਾ ਸੀ ਵੀ ਇਹ ਤਾਂ ਰਾਹ ਛੱਡ ਗਿਆ ਆਪਣਾ, ਇਹਨੇ ਸੰਵਿਧਾਨ ਦੀ ਸਹੁੰ ਚੁੱਕ ਲਈ, ਇਸ ਕਿਸਮ ਦੀ ਗੱਲ ਚੱਲ ਰਹੀ ਸੀ। ਤਾਂ ਇਹ ਚਰਚਾ ਤਾਂ ਲਗਾਤਾਰ ਚੱਲ ਰਹੀ ਹੈ। ਤਾਂ ਹੁਣ ਕੱਲ੍ਹ ਗਿਆਨੀ ਹਰਪ੍ਰੀਤ ਸਿੰਘ ਸਾਬਕਾ ਜਥੇਦਾਰ ਅਕਾਲ ਤਖਤ ਸਾਹਿਬ ਨੇ ਇੱਕ ਗੱਲ ਕਹੀ, ਜੇ ਪਾਰਲੀਮੈਂਟ ਦੇ ਵਿੱਚ, ਸੰਸਦ ਦੇ ਵਿੱਚ ਕੋਈ ਬੰਦਾ ਜੈ ਹਿੰਦੂ ਰਾਸ਼ਟਰ ਕਹਿ ਦਿੰਦਾ ਤਾਂ ਕਿਸੇ ਨੂੰ ਕੋਈ ਇਤਰਾਜ਼ ਨਹੀਂ, ਅਤੇ ਜੇ ਕੋਈ ਸਿੱਖ ਰਾਜ ਦੀ ਜਾਂ ਖਾਲਿਸਤਾਨ ਦੀ ਗੱਲ ਕਰੇ ਤਾਂ ਇਤਰਾਜ਼ ਕਿਉਂ ਹੈ। ਸੋ ਕਈ ਕਿਸਮ ਦੀ ਜਿਹੜੀ ਹੈ ਦਲੀਲ ਹੁਣ ਦਿੱਤੀ ਜਾ ਰਹੀ ਹੈ। ਲੇਕਿਨ ਜਿਹੜੀ ਗੱਲ ਮੈਂ ਕਹਿਣੀ ਚਾਹੁੰਦਾ ਸੀ ਕਿ ਅੰਮ੍ਰਿਤਪਾਲ ਸਿੰਘ ਇੱਕ ਨਵੀਂ ਵਿਚਾਰਧਾਰਾ, ਨਵੀਂ ਤਾਂ ਨਹੀਂ ਕਿ ਪੰਥਕ ਜਿਹੜੀ ਵਿਚਾਰਧਾਰਾ ਜਿਹੜੀ ਵੱਖਰੀ ਹੈ ਸ਼੍ਰੋਮਣੀ ਅਕਾਲੀ ਦਲ ਤੋਂ, ਮੈਂ ਨਹੀਂ ਕਹਿੰਦਾ ਉਹਨੂੰ ਗਰਮ ਕਹੋ ਜਾਂ ਕੁਛ ਕਰੋ, ਲੇਕਿਨ ਇਹ ਗੱਲ ਜ਼ਰੂਰ ਹੈ ਕਿ ਜੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਵਿੱਚ ਇਹ ਸੰਗਠਿਤ ਇੱਕ ਗਰੁੱਪ ਬਣਾ ਕੇ, ਇੱਕ ਸੰਗਠਨ ਬਣਾ ਕੇ ਬਾਕੀਆਂ ਨਾਲ ਰਲ ਕੇ ਸਹਿਯੋਗ ਨਾਲ ਇਕੱਲੇ ਜਾਂ ਜਿਵੇਂ ਵੀ ਇਹ ਚੋਣ ਰਲਦੇ ਨੇ, ਜੇ ਜਿੱਤਦੇ ਨੇ ਤਾਂ ਦੇਸ਼ ਦੀ ਸਿੱਖ ਸਿਆਸਤ ਬਿਲਕੁਲ ਵੱਖਰੀ ਹੋਏਗੀ, ਇਹ ਗੱਲ ਤਾਂ ਸਪਸ਼ਟ ਹੈ। ਹੋਰ ਬਹੁਤ ਸਾਰੀਆਂ ਗੱਲਾਂ 'ਤੇ ਵਿਚਾਰ ਹੋ ਸਕਦਾ, ਜਿਵੇਂ ਕੱਲ੍ਹ ਮੈਂ ਕਿਹਾ ਸੀ ਕਿ ਜੇ ਇੰਗਲੈਂਡ ਦੀ ਪਾਰਲੀਮੈਂਟ 'ਚ 12 ਪੰਜਾਬੀ ਜਾ ਸਕਦੇ ਨੇ, ਜਿਨ੍ਹਾਂ 'ਚੋਂ 10 ਸਿੱਖ, 4-5 ਦਸਤਾਰਧਾਰੀ ਅਤੇ ਬਾਕੀ 5 ਸਿੱਖ ਬੀਬੀਆਂ ਜਿੱਤੀਆਂ ਨੇ, ਤਾਂ ਭਾਰਤ 'ਚ ਪੰਜਾਬ ਤੋਂ ਬਾਹਰ ਕਿਉਂ ਨਹੀਂ ਵੱਡੀ ਪੱਧਰ 'ਤੇ ਸਿੱਖ ਜਿਹੜੇ ਸਿਆਸਤ 'ਚ ਨਹੀਂ ਜਾਂਦੇ, ਉਹਦੇ ਵੀ ਵਿਚਾਰ ਕਰਨ ਦੀ ਲੋੜ ਹੈ। ਅਤੇ ਜਿਹੜੀ ਗੱਲ ਅੰਮ੍ਰਿਤਪਾਲ ਸਿੰਘ ਨੇ ਇਸ਼ਾਰੇ ਕੀਤੇ ਨੇ, ਇਹਨਾਂ 'ਤੇ ਵੀ ਚਰਚਾ ਕਰਨ ਦੀ ਲੋੜ ਹੈ। ਫਿਲਹਾਲ ਅੰਮ੍ਰਿਤਪਾਲ ਸਿੰਘ ਦੀ ਇਹ ਦੋਨੇ ਬਿਆਨਾਂ ਨੇ ਜਿਹੜੀ ਹੈ ਉਹ ਚਰਚਾ ਜ਼ਰੂਰ ਛੇੜੀ ਹੋਈ ਹੈ। ਅੱਜ ਇੰਨਾ ਹੀ, ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ। ਤੁਹਾਡਾ ਬਹੁਤ